ਪੰਜਾਬ ਕੈਮਿਸਟ ਐਸੋਸੀਏਸ਼ਨ ਦੀ ਇੱਕ ਹੰਗਾਮੀ ਮੀਟਿੰਗ ਪ੍ਰਧਾਨ ਸ਼੍ਰੀ ਜੀ ਐਸ ਚਾਵਲਾ ਦੀ ਅਗਵਾਈ ਵਿੱਚ ਸਥਾਨਕ ਹੋਟਲ ਵਿਖੇ ਹੋਈ, ਜਿਸ ਵਿੱਚ ਪੰਜਾਬ ਭਰ ਤੋਂ ਜ਼ਿਲ੍ਹਾ ਪ੍ਰਧਾਨ, ਜਨਰਲ ਸੈਕਟਰੀ ਅਤੇ ਹੋਰ ਪ੍ਰਮੁੱਖ ਅਹੁਦੇਦਾਰ ਸ਼ਾਮਲ ਹੋਏ। ਇਸ ਮੌਕੇ ਸਭ ਤੋਂ ਗੰਭੀਰ ਮੁੱਦਾ ਆਨਲਾਈਨ ਦਵਾਈਆਂ ਦੇ ਵਪਾਰ ਅਤੇ ਸਰਕਾਰ ਦੇ ਕੈਮਿਸਟਾਂ ਵਿਰੋਧੀ ਰਵੱਈਏ 'ਤੇ ਗੱਲਬਾਤ ਹੋਈ। ਇਸ ਮੌਕੇ ਪ੍ਰਧਾਨ ਸਰਦਾਰ ਚਾਵਲਾ, ਜਨਰਲ ਸੈਕਟਰੀ ਮਿਸਟਰ ਦੁੱਗਲ ਅਤੇ ਜਨਰਲ ਸੈਕਟਰੀ ਰਿਟੇਲ ਕੈਮਿਸਟ ਐਸੋਸੀਏਸ਼ਨ ਸ਼੍ਰੀ ਰਕੇਸ਼ ਕਾਲੜਾ ਨੇ ਕਿਹਾ ਕਿ ਪਿਛਲੇ ਲੰਮੇ ਸਮੇਂ ਤੋਂ ਮਹਿਕਮੇ ਦੇ ਸੰਬੰਧਿਤ ਅਧਿਕਾਰੀਆਂ ਅਤੇ ਸਰਕਾਰ ਦੇ ਕੈਮਿਸਟਾਂ ਵਿਰੋਧੀ ਰਵੱਈਏ ਕਾਰਨ ਕੈਮਿਸਟਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਹਨਾਂ ਕਿਹਾ ਕਿ ਕੈਮਿਸਟ ਆਨਲਾਈਨ ਦਵਾਈਆਂ ਦੇ ਵਪਾਰ ਦਾ ਸਖ਼ਤ ਵਿਰੋਧ ਕਰਦੀ ਹੈ, ਕਿਉਂਕਿ ਸਰਕਾਰ ਵੱਲੋਂ ਨਸ਼ਿਆਂ ਵਿਰੁੱਧ ਆਰੰਭੀ ਗਈ ਮੁਹਿੰਮ ਨੂੰ ਉਸ ਵਕਤ ਤੱਕ ਰੋਕ ਨਹੀਂ ਲੱਗ ਸਕਦੀ ਜਦ ਤੱਕ ਆਨਲਾਈਨ ਦਵਾਈਆਂ ਦਾ ਵਪਾਰ ਬੰਦ ਨਹੀਂ ਹੋ ਜਾਂਦਾ। ਉਹਨਾਂ ਕਿਹਾ ਕਿ ਸੰਬੰਧਿਤ ਮਹਿਕਮੇ ਦੇ ਅਧਿਕਾਰੀਆਂ ਅਤੇ ਸਰਕਾਰ ਦੇ ਕੈਮਿਸਟਾਂ ਵਿਰੋਧੀ ਰਵੱਈਏ ਨੂੰ ਵੇਖਦੇ ਹੋਏ ਸਮੁੱਚੇ ਦੁਕਾਨਦਾਰ ਇੱਕ ਹਫ਼ਤੇ ਲਈ ਕਾਲੀਆਂ ਪੱਟੀਆਂ ਬੰਨ੍ਹ ਕੇ ਰੋਸ ਪ੍ਰਦਰਸ਼ਨ ਕਰਨ ਉਪਰੰਤ 28 ਸਪਟੰਬਰ ਨੂੰ ਆਪਣਾ ਕਾਰੋਬਾਰ ਪੂਰਨ ਤੌਰ 'ਤੇ ਭਾਰਤ ਬੰਦ ਦੇ ਰੂਪ ਵਿੱਚ ਕਰਨਗੇ। ਜੀ ਐਸ ਚਾਵਲਾ ਜੀ, ਸੁਰਿੰਦਰ ਸ਼ਰਮਾ ਜੀ ਚੇਅਰਮੈਨ, ਨਰਿੰਦਰ ਮਿੱਤਲ ਜੀ, ਰਜਿੰਦਰ ਜੱਗੀ ਜੀ ਅਤੇ ਅੱਜ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਦੇ ਪ੍ਰਧਾਨ ਸੈਕਟਰੀ 22 ਜ਼ਿਲ੍ਹਿਆਂ ਤੋਂ ਜਿਹੜੇ ਅੱਜ ਸਾਡੀ ਇਸ ਮੀਟਿੰਗ ਦੇ ਵਿੱਚ ਐਮਰਜੈਂਸੀ ਮੀਟਿੰਗ ਵਿੱਚ ਆਏ ਨੇ। ਸਾਡੀ ਆਲ ਇੰਡੀਆ ਆਰਗੇਨਾਈਜੇਸ਼ਨ ਆਫ ਕੈਮਿਸਟ ਐਂਡ ਡਰਗਿਸ ਜਿਹਦੇ ਪ੍ਰਧਾਨ ਜੇ ਐਸ ਸ਼ਿੰਦੇ ਜੀ ਔਰ ਰਾਜੀਵ ਸਿੰਘਲ ਜੀ ਜਨਰਲ ਸੈਕਟਰੀ ਨੇ, ਔਰ ਅਸੀਂ ਇੱਕ ਪ੍ਰੋਟੈਸਟ ਅਤੇ ਬੰਦ ਦੀ ਕਾਲ ਦਿੱਤੀ ਹੈ ਆਲ ਇੰਡੀਆ ਲੈਵਲ ਦੇ ਉੱਪਰ। ਉਹਦੇ ਵਿੱਚ ਇਹ ਹੈ ਕਿ 20 ਤਰੀਕ ਤੋਂ ਲੈ ਕੇ 27 ਤਰੀਕ ਤੱਕ ਸਾਡੇ ਪੰਜਾਬ ਦੇ ਵਿੱਚ 24,000 ਕੈਮਿਸਟ ਆਪਣੀਆਂ ਹੱਥਾਂ ਦੇ ਉੱਪਰ, ਆਪਣੇ ਕੰਧਾਂ ਦੇ ਉੱਪਰ ਕਾਲੀ ਪੱਟੀਆਂ ਲਾ ਕੇ ਅਸੀਂ ਪ੍ਰੋਟੈਸਟ ਕਰਨ ਜਾ ਰਹੇ ਹਾਂ 27 ਤਰੀਕ ਤੱਕ। ਔਰ 27 ਤਰੀਕ ਰਾਤ ਤੋਂ 12 ਵਜੇ ਤੋਂ ਲੈ ਕੇ 28 ਤਰੀਕ ਰਾਤੀ 12 ਵਜੇ ਤੱਕ ਸਾਰੇ ਹਿੰਦੁਸਤਾਨ ਦੇ ਵਿੱਚ, ਪੰਜਾਬ ਦੇ 22 ਜ਼ਿਲ੍ਹਿਆਂ ਦੇ ਵਿੱਚ ਸਾਰੇ ਕੈਮਿਸਟ ਦੀਆਂ ਦੁਕਾਨਾਂ ਬੰਦ ਰਹਿਣਗੀਆਂ। ਸਾਡੀਆਂ ਜਿਹੜੀਆਂ ਮੁੱਖ ਡਿਮਾਂਡਸ ਹੈ ਉਹਨਾਂ ਦਿਨਾਂ ਦੇ ਵਿੱਚ ਅਸੀਂ ਉਹਦੇ ਵਿੱਚ ਕਲੀਅਰ ਕੱਟ ਕਿਹਾ ਕਿ ਆਨਲਾਈਨ ਜਿਹੜਾ ਦਵਾ ਵਪਾਰ ਹੈ ਅਸੀਂ ਉਹਦੇ ਵਿਰੋਧ ਦੇ ਲਈ ਇਹ ਬੰਦ ਦੀ ਕਾਲ ਦਿੱਤੀ ਹੈ। ਇਹ ਵੀ ਚੀਜ਼ ਹੈ, ਅਗਰ ਈ ਫਾਰਮੇਸੀ ਅਲਾਊਡ ਸਰਕਾਰ ਕਰਦੀ ਹੈ ਜਿਸ ਤਰ੍ਹਾਂ ਕਿ ਉਹਨਾਂ ਨੇ ਆਪਣੇ ਨੋਟੀਫਿਕੇਸ਼ਨ ਦੇ ਵਿੱਚ ਕੀਤਾ ਹੈ, ਔਰ 14 ਅਕਤੂਬਰ ਨੂੰ ਇਸ ਨੂੰ ਆਪਣੇ ਲੋਕ ਸਭਾ ਦੇ ਵਿੱਚ ਔਰ ਨੋਟੀਫਿਕੇਸ਼ਨ ਲਿਆ ਕੇ ਪਾਸ ਕਰਾਉਣ ਜਾ ਰਹੀ ਹੈ। ਸਾਡੇ ਪੰਜਾਬ ਦੇ ਵਿੱਚ ਇਨ ਪਰਟੀਕੁਲਰ ਅਗਰ ਈ ਫਾਰਮੇਸੀ, ਅਸੀਂ ਜਿਹੜੀ ਪਹਿਲੇ ਵੀ ਸਟ੍ਰਾਈਕ ਕੀਤੀ ਸੀ 30 ਜੁਲਾਈ ਨੂੰ, ਉਹਦੇ ਵਿੱਚ ਵੀ ਆਪਣੀ ਮੁੱਖ ਡਿਮਾਂਡ ਰੱਖੀ ਸੀ, ਔਰ ਮੁੱਖ ਮੰਤਰੀ ਸਾਹਿਬ ਕੋਲ ਸਾਡਾ ਪੱਤਰ ਵੀ ਗਿਆ ਸੀ ਕਿ ਅਗਰ ਆਨਲਾਈਨ ਦੇ ਥਰੂ ਪੰਜਾਬ ਦੇ ਵਿੱਚ ਇਹ ਅਲਾਓ ਕੀਤੀ ਗਈ, ਨਸ਼ੇ ਦਾ ਵਪਾਰ ਜਿਹੜਾ, ਕੋਈ ਵੀ ਬੰਦਾ ਆਪਣੀ ਪ੍ਰਸਕ੍ਰਿਪਸ਼ਨ ਅਪਲੋਡ ਕਰਕੇ ਉਸ ਫਾਰਮੇਸੀ ਦੇ ਨਸ਼ੇ ਦੇ ਦਵਾਈ ਵੀ ਜਿਹੜੀ ਮਰਜ਼ੀ ਮੰਗਵਾ ਸਕਦਾ। ਸਰ, ਜਿਹੜੀ ਅੱਜ ਦੀ ਮੀਟਿੰਗ ਹੈ ਉਹ ਹੈ ਸਾਡੀ ਆਲ ਇੰਡੀਆ ਦੁਆਰਾ ਜਿਹੜੀ ਅਸੀਂ ਬੰਦ ਦੀ ਕਾਲ ਦਿੱਤੀ ਆਲ ਇੰਡੀਆ ਨੇ ਰਿਗਾਰਡਿੰਗ ਆਨਲਾਈਨ ਈ ਫਾਰਮੇਸੀ, ਉਹਦੇ ਅਗੇਂਸਟ ਅੱਜ ਪੰਜਾਬ ਦੀ ਮੀਟਿੰਗ ਕੀਤੀ ਗਈ ਜਿਹਦੇ 22 ਦੇ 22 ਡਿਸਟ੍ਰਿਕਟ ਦੇ ਪ੍ਰੈਜੀਡੈਂਟ ਸੈਕਟਰੀ ਨੇ ਪਾਰਟੀਸਪੇਟ ਕੀਤਾ, ਔਰ ਇਹਦੇ 'ਚ ਇਹ ਡਿਸਾਈਡ ਕੀਤਾ ਗਿਆ ਕਿ ਕੱਲ੍ਹ ਸਵੇਰ ਤੋਂ ਲੈ ਕੇ ਸਾਰੇ ਕੈਮਿਸਟ ਔਰ ਉਹਨਾਂ ਦੇ ਜਿੰਨੇ ਵੀ ਮੈਂਬਰਸ ਨੇ ਕਾਲੀਆਂ ਪੱਟੀਆਂ ਲਾ ਕੇ ਅਸੀਂ ਪ੍ਰੋਟੈਸਟ ਕਰਾਂਗੇ, ਅਤੇ 28 ਤਰੀਕ ਨੂੰ ਸਾਰਾ ਪੰਜਾਬ, ਸਾਰਾ ਆਲ ਇੰਡੀਆ ਟੋਟਲ ਬੰਦ ਹੋਏਗਾ। ਔਰ ਜਿਹੜਾ ਕਿ ਸੈਂਟਰਲ ਗੌਰਮੈਂਟ ਕਾਨੂੰਨ ਬਣਾਉਣ ਜਾ ਰਹੀ ਹੈ ਆਨਲਾਈਨ ਈ ਫਾਰਮੇਸੀ ਦਾ, ਜਿਹਦਾ ਨੋਟੀਫਿਕੇਸ਼ਨ ਇਸ਼ੂ ਹੋ ਚੁੱਕਾ ਹੈ, ਔਰ 12 ਤਰੀਕ ਨੂੰ ਉਹਨਾਂ ਦੇ 45 ਦਿਨ ਕੰਪਲੀਟ ਹੋ ਜਾਣਗੇ, ਉਸ ਤੋਂ ਬਾਅਦ ਇਹ ਕਿਸੇ ਦਿਨ ਵੀ ਕਾਨੂੰਨ ਬਣ ਸਕਦਾ। ਤਾਂ ਉਹ ਜਿਹੜੇ ਸਾਡੇ ਸਾਰੇ ਆਲ ਇੰਡੀਆ ਦੇ ਕਰੀਬ ਕਰੀਬ 8.5 ਲੱਖ ਅਸੀਂ ਮੈਂਬਰ ਹੈਗੇ ਹਾਂ, ਔਰ ਉਸ ਦਿਨ 8.5 ਲੱਖ ਮੈਂਬਰ ਸਾਰਾ ਬੰਦ ਕਰੇਗਾ, ਔਰ ਅਸੀਂ ਜਿਹੜੀ ਆਨਲਾਈਨ ਦਵਾ ਦੀ ਵਿਕਰੀ ਹੈ ਉਹਦੇ ਅਸੀਂ ਬਿਲਕੁਲ ਖਿਲਾਫ ਹਾਂ, ਕਿ ਉਹਦੇ ਨਾਲ ਜੋ ਇੱਕ ਨਸ਼ੇ ਦੀ ਪ੍ਰਵਿਰਤੀ ਦੇ ਜਿਹੜੇ ਸਾਡੇ ਪੰਜਾਬ ਦੇ ਸਪੈਸ਼ਲੀ ਯੂਥ ਨੇ ਉਹਨਾਂ ਨੂੰ ਰੋਕਣ ਵਾਸਤੇ, ਇੱਕ ਜਿਹੜੀ ਅਬੋਰਸ਼ਨ ਕਿੱਟਸ ਆਉਂਦੀਆਂ ਨੇ ਉਹਨਾਂ ਦੇ ਮਿਸਯੂਜ ਨੂੰ ਰੋਕਣ ਵਾਸਤੇ, ਔਰ ਜਿਹੜੀ ਡੁਪਲੀਕੇਸੀ ਮੈਡੀਸਨ ਹੈ, ਕਿਉਂਕਿ ਆਨਲਾਈਨ ਸਸਤੀ ਦਵਾਈਆਂ ਦਿੰਦੇ ਨੇ ਲੋਕ, ਉਹਦੇ ਵਿੱਚ ਡੁਪਲੀਕੇਟ ਮੈਡੀਸਨ ਦਾ ਕੋਈ ਥੋੜ ਨਹੀਂ ਹੈਗਾ, ਔਰ ਕੋਈ ਅਥੈਂਟੀਕੇਸ਼ਨ ਨਹੀਂ ਹੈ, ਔਰ ਡੁਪਲੀਕੇਟ ਨੇ ਕਿ ਓਰੀਜਨਲ ਨੇ, ਕਿਉਂਕਿ ਜਿਹੜੀ ਵੀ ਸਾਡੀ ਮੈਡੀਸਨ ਹੈ ਉਹ ਸੈਂਟਰ ਗੌਰਮੈਂਟ ਉਹਨਾਂ ਦੇ ਰੇਟ ਫਿਕਸ ਕਰਦੀ ਹੈ। ਅਗਰ ਆਨਲਾਈਨ ਇਤਨਾ ਸਸਤਾ ਦੇ ਰਹੇ ਨੇ ਤਾਂ ਉਹ ਸਾਨੂੰ ਲੱਗਦਾ ਕਿ ਉਹ ਡੁਪਲੀਕੇਟ ਮਾਲ ਮੈਕਸੀਮਮ ਵਿਕਦਾ। ਇਹ ਪੱਟੀਆਂ ਲਾ ਕੇ ਅਸੀਂ ਗੌਰਮੈਂਟ ਨੂੰ ਇੱਕ ਮੈਸੇਜ ਦੇਣਾ ਹੈ ਵੀ ਅਸੀਂ ਸਟ੍ਰਾਈਕ 'ਤੇ ਜਾ ਰਹੇ ਹਾਂ ਜਿਹੜੀ ਕਿ 28 ਸਤੰਬਰ ਨੂੰ ਹੋਏਗੀ, ਅਤੇ ਅਗਰ ਸਰਕਾਰ ਸਾਡੀ ਗੱਲ ਨਹੀਂ ਚਾਹੁੰਦੀ ਤਾਂ ਉਸ ਤੋਂ ਬਾਅਦ ਅਸੀਂ ਫਿਰ ਦੁਬਾਰਾ ਬੈਠਾਂਗੇ ਅਤੇ ਫਿਰ ਗੱਲ ਕਰਾਂਗੇ ਵੀ ਕੀ ਅੱਗੇ ਪਲਾਨ ਬਣਾਉਣਾ ਹੈ। ਇਹ ਸਾਡੀ ਜਿਹੜੀ ਸਟ੍ਰਾਈਕ ਹੈ ਆਨਲਾਈਨ ਦੇ ਖਿਲਾਫ ਹੈ, ਕਿਉਂਕਿ ਆਨਲਾਈਨ ਦੇ ਵਿੱਚ ਜਿਹੜੀਆਂ ਮੈਡੀਸਨ ਆ ਰਹੀਆਂ ਉਹ ਕੁਛ ਦੁਰਉਪਯੋਗ ਹੋ ਰਹੀਆਂ,
ਕੁਛ ਨਸ਼ੇ ਵਾਸਤੇ ਵੀ ਯੂਜ਼ ਹੋ ਰਹੀ ਹੈ, ਜਿਹੜੀ ਸਰਕਾਰ ਉਸ ਵੱਲ ਧਿਆਨ ਨਹੀਂ ਦੇ ਰਹੀ ਹੈ। ਜਦਕਿ ਆਪਾਂ ਜਦੋਂ ਬੈਠਦੇ ਹਾਂ, ਇੱਕ ਫਾਰਮਾਸਿਸਟ ਬੈਠਦਾ, ਉਹ ਸੇਲ ਕਰਦਾ, ਉਹੀ ਸਭ ਕੁਝ ਸਮਝਾਉਂਦਾ ਵੀ ਕਿਸ ਤਰ੍ਹਾਂ ਦਵਾਈ ਖਾਣੀ ਹੈ ਅਤੇ ਕਿਸ ਤਰ੍ਹਾਂ ਦਵਾਈ ਦੀ ਵਰਤੋਂ ਕਰਨੀ ਹੈ। ਜਦਕਿ ਔਨਲਾਈਨ 'ਤੇ ਕੀ ਹੁੰਦਾ, ਕਸਟਮਰ ਕੋਈ ਵੀ ਪਰਚੀ ਚਾਹੇ 3 ਜਗ੍ਹਾ 'ਤੇ ਕਰ ਦੇਵੇ ਅਤੇ ਉੱਥੋਂ ਦਵਾਈ ਮੰਗਵਾ ਸਕਦਾ, ਅਤੇ ਉਹਦੇ ਨਾਲ ਇੱਕ ਪ੍ਰੋਬਲਮ ਹੋਰ ਆ ਜਾਂਦੀ ਹੈ ਵੀ ਨਾ ਕੋਈ ਸਮਝਾਉਣ ਵਾਲਾ ਉਹਨਾਂ ਨੂੰ ਦਵਾਈ ਵੀ ਦਵਾਈ ਕਿਸ ਤਰ੍ਹਾਂ ਖਾਣੀ ਹੈ। ਜਿਹੜਾ ਬੰਦਾ ਜਿਹੜਾ ਆ ਰਿਹਾ ਦੇਣ, ਉਹ ਕੋਈ ਅਨਟ੍ਰੇਡ ਬੰਦਾ ਹੋਏਗਾ ਜਿਹੜਾ ਨਾ ਸਮਝਾ ਸਕੇਗਾ ਅਤੇ ਨਾ ਕੁਛ ਕਰ ਪਾਏਗਾ, ਅਤੇ ਇਹ ਗੌਰਮੈਂਟ ਇਸ ਵੱਲ ਧਿਆਨ ਨਹੀਂ ਦੇ ਰਹੀ ਹੈ। ਜਦਕਿ ਇਹ ਬਹੁਤ ਪਹਿਲੀ ਸਟੇਜ ਹੈ ਜਿੱਥੇ ਫਾਰਮਾਸਿਸਟ ਜ਼ਰੂਰੀ ਹੈ, ਅਤੇ ਜੇ ਔਨਲਾਈਨ 'ਚ ਕਦੇ ਵੀ ਨਹੀਂ ਹੋ ਸਕਦਾ ਵੀ ਫਾਰਮਾਸਿਸਟ ਉੱਥੇ ਮੌਜੂਦ ਹੈ ਨਹੀਂ ਹੈ, ਉਹਦੀ ਗੈਰ ਹਾਜ਼ਰੀ ਵਿਕ ਰਿਹਾ, ਕੁਛ ਨਹੀਂ ਪਤਾ ਲੱਗ ਸਕਦਾ ਔਰ ਕੀ ਵਿਕ ਰਿਹਾ, ਇਹ ਗੌਰਮੈਂਟ ਵੀ ਇਸ 'ਤੇ ਚੈੱਕ ਨਹੀਂ ਰੱਖ ਸਕਦੀ। ਲੁਧਿਆਣਾ ਤੋਂ ਗੁਰਮੀਤ ਨਿੱਜਰ ਦੀ ਰਿਪੋਰਟ, ਕੈਮਰਾਮੈਨ ਸਰਬਜੀਤ ਪਨੇਸਰ ਦੇ ਨਾਲ, ਫੋਕਸ.ਪੰਜਾਬੀ, ਯੂਅਰ ਸਿਟੀ, ਯੂਅਰ ਨਿਊਜ਼।